9 सितंबर को मनाए जाने वाले श्री सिद्ध बाबा सोडल मेले को लेकर चड्डा बिरादरी की एक विशेष बैठक गत दिवस श्री सिद्ध बाबा सोडल मंदिर में हुई। इस बैठक में प्रधान विपिन चड्डा बब्बी ने अपने अधिकारों का इस्तेमाल करते हुए नए चुने गए पदाधिकारियों की घोषणा की, जिसमें संजय चड्डा को महासचिव, अनिल चड्डा को कैशियर, श्यामलाल चड्डा को चेयरमैन, सुनील चड्डा बिल्लू को उप चेयरमैन, हीरा लाल चड्डा को उप प्रधान, जेबी चड्डा उप प्रधान, ललित मोहन चड्डा उप प्रधान, रामकिशन चड्डा उप प्रधान, योगेश चड्डा उप प्रधान, अरुण चड्डा उप कैशियर, ओम प्रकाश चड्डा उप सचिव, सुशील चड्डा उप प्रधान, विवेक चड्डा सह सचिव और आदर्श चड्डा को उप प्रधान बनाया गया। इसके अलावा हितेश चड्डा, अतुल चड्डा को मीडिया इंचार्ज, सौरभ चड्डा व बीके अत्री को कानूनी सलाहकार भी चुना गया। तो वहीं बैठक के दौरान चड्डा बिरादरी में कार्यकारिणी सदस्य राजकुमार चड्डा, अरुण चड्डा, किशोरी लाल चड्डा, सतीश चड्डा, सुभाष चड्डा, सुरेंद्र चड्डा, किरण चड्डा, शिव चड्डा, साहिल चड्डा और राजेश चड्डा को कार्यकारिणी सदस्य बनाया गया। सभी चुनी गई टीम ने बाबा सोडल जी का आशीर्वाद लेते हुए 9 सितंबर को आ रहे बाबा जी के मेले में तन मन से सेवा करने का विश्वास दिलाया। जालंधर से हलचल के लिए सुरेंद्र बाबा की रिपोर्ट। जय बाबा सोडल। आज चड्डा बरारी दे जो चुनाव हुए आ सारी चड्डा बरारी चड्डा बरारी प्रधान विपिन चड्डा बब्बी का धन्यवाद करती है। अज बाबा सोडल की कृपा नाल जिहड़ा बाबा जी ने मैनू मान सम्मान दिता चेयरमैन जी का ਅਤੇ ਚੱਡਾ ਬਰਾਦਰੀ ਦੇ ਪ੍ਰਧਾਨ ਵਿਪਨ ਚੱਡਾ ਜੀ ਸਮੂਹ ਚੱਡਾ ਬਰਾਦਰੀ ਨੇ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ। ਮੈਂ ਆਪਣੀ ਬਰਾਦਰੀ ਨੂੰ ਇਹ ਵਿਸ਼ਵਾਸ ਦਵਾਉਂਦਾ ਵਾਂ ਜਿਹੜੀ ਚੱਡਾ ਬਰਾਦਰੀ ਸਾਡੀ ਡਿਸਟ੍ਰਿਕਟ ਹੈਗੀ ਆ ਅਤੇ ਚੱਡਾ ਬਰਾਦਰੀ ਜਿਹੜੀ ਅੱਜ ਜਲੰਧਰ ਲੈਵਲ 'ਤੇ ਚੱਡਾ ਬਰਾਦਰੀ ਸਾਡੀ ਪੰਜਾਬ ਲੈਵਲ 'ਤੇ ਪਹੁੰਚੂਗੀ। ਜਿਹੜੇ ਲੋਕ ਗੱਲਾਂ ਕਰਦੇ ਆ ਕਿ ਮੇਲੇ ਤੋਂ ਬਾਅਦ ਚੱਡੇ ਨੇੜੇ ਨਹੀਂ ਹੁੰਦੇ, ਮੈਂ ਵਿਸ਼ਵਾਸ ਦਵਾਉਂਦਾ ਬੱਬੀ ਚੱਡੇ ਵੱਲੋਂ ਵੀ ਅਤੇ ਆਪਣੇ ਵੱਲੋਂ ਬਿੱਲੂ ਚੱਡੇ ਵੱਲੋਂ ਵੀ ਇਹ ਸਾਰੀ ਬਰਾਦਰੀ ਨੂੰ ਵਿਸ਼ਵਾਸ ਦਵਾਉਂਦਾ ਕਿ ਚੱਡਾ ਬਰਾਦਰੀ ਉਹ ਕੰਮ ਕਰੂਗੀ ਜਿਹੜੀ ਪੂਰੀ ਚੱਡਾ ਬਰਾਦਰੀ ਅਤੇ ਜਲੰਧਰ ਦਾ ਪੂਰਾ ਸਮਾਜ ਚੱਡਾ ਬਰਾਦਰੀ ਨੂੰ ਯਾਦ ਕਰੂਗਾ ਕਿ ਵਾਕਈ ਚੱਡਾ ਬਰਾਦਰੀ ਦੇ ਕੰਮ ਹੋ ਰਹੇ ਆ। ਅਤੇ ਇਹ ਵੀ ਮੈਂ ਚੱਡਾ ਬਰਾਦਰੀ ਨੂੰ ਵਿਸ਼ਵਾਸ ਦਵਾਉਂਦਾ ਵਾਂ ਚੱਡਾ ਬਰਾਦਰੀ ਪੂਰੀ ਬੁਲੰਦੀਆਂ 'ਤੇ ਜਾਊਗੀ, ਉਚਾਈਆਂ 'ਤੇ ਜਾਊਗੀ। ਇਹ 12 ਮਹੀਨੇ ਕੰਮ ਹੋਊਗਾ ਚੱਡਾ ਬਰਾਦਰੀ ਦਾ, ਇਹ ਨਹੀਂ ਕਿ ਮਹੀਨੇ ਬਾਅਦ ਚੱਡੇ ਆ ਜਾਂਦੇ ਆ। ਚੱਡਾ ਬਰਾਦਰੀ ਪੂਰੇ ਸਮਾਜ ਲਈ, ਆਪਣੇ ਹਿੱਤ ਲਈ, ਆਪਣੇ ਮੰਦਰ ਲਈ ਹਰ ਵੇਲੇ ਚੱਡਾ ਬਰਾਦਰੀ ਖੜ੍ਹੀ ਆ। ਇਹ ਜਿਹੜਾ ਮੇਲਾ ਆ ਰਿਹਾ ਸਿੱਧ ਬਾਬਾ ਸੋਡਲ ਜੀ ਦਾ 9 ਤਰੀਕ ਨੂੰ, ਚੱਡਾ ਬਰਾਦਰੀ ਪੂਰੇ ਲੰਗਰ ਦੀਆਂ ਤਿਆਰੀਆਂ ਕਰ ਰਹੀ ਆ। ਅਸੀਂ ਜਨਤਾ ਨੂੰ, ਸੇਵਾਦਾਰਾਂ ਨੂੰ, ਭਗਤਾਂ ਨੂੰ ਅਪੀਲ ਕਰਦੇ ਹਾਂ ਕਿ 9 ਸਤੰਬਰ 2022 ਨੂੰ ਜਿਹੜਾ ਮੇਲਾ ਆ ਰਿਹਾ ਬਾਬਾ ਜੀ ਦਾ, ਇਹ 'ਚ ਵੱਧ ਚੜ੍ਹ ਕੇ ਹਿੱਸਾ ਲਓ, ਬਾਬਾ ਜੀ ਦਾ ਅਸ਼ੀਰਵਾਦ ਲਓ ਅਤੇ ਲੰਗਰ ਗ੍ਰਹਿਣ ਕਰਕੇ ਜਾਓ। ਅਤੇ ਮੈਂ ਆਪਣੇ ਸਿੱਧ ਬਾਬਾ ਸੋਡਲ ਟਰੱਸਟ ਦੇ ਚੇਅਰਮੈਨ ਸ਼੍ਰੀ ਸ਼ੀਤਲ ਬੇਜਰੀ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਹਰ ਵੇਲੇ ਚੱਡਾ ਬਰਾਦਰੀ ਨੂੰ ਸਾਨੂੰ ਸਹਿਯੋਗ ਦਿੱਤਾ। ਚੱਡਾ ਬਰਾਦਰੀ ਵੀ ਹਰ ਵੇਲੇ ਸਿੱਧ ਬਾਬਾ ਸੋਡਲ ਟਰੱਸਟ ਨਾਲ ਖੜ੍ਹੀ ਆ, ਜਿੱਦਾਂ ਅੱਗੇ ਖੜ੍ਹੀ ਸੀ ਅੱਜ ਵੀ ਖੜ੍ਹੀ ਆ। ਹਰ ਵੇਲੇ ਸਿੱਧ ਬਾਬਾ ਸੋਡਲ ਟਰੱਸਟ ਨਾਲ ਆਣ ਔਰ ਸ਼ਾਨ ਨਾਲ ਪੂਰਾ ਸਾਥ ਟਰੱਸਟ ਦਾ ਦੇ ਰਹੀ ਹੈ। ਜੈ ਬਾਬਾ ਜੀ ਦੇ ਵਾਈਸ ਪ੍ਰਧਾਨ ਗੋਰਾ ਚੱਡਾ ਜੀ ਬੋਲ ਰਹੇ ਹਾਂ ਜੀ। ਅਸੀਂ ਚੱਡਾ ਬਰਾਦਰੀ ਸਾਰਿਆਂ ਦੇ ਬੜੇ ਬੜੇ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਮੈਨੂੰ ਇਹ ਅਹੁਦਾ ਦਿੱਤਾ ਹੈ, ਮੈਂ ਉਹਨਾਂ ਦੀ ਮਿਹਰਬਾਨੀ ਕਰਦਾ ਹਾਂ। ਔਰ ਅਸੀਂ ਸਾਰੇ ਟਰੱਸਟ ਦੇ ਨਾਲ ਚੱਲ ਕੇ ਹਮੇਸ਼ਾ ਚੱਲਦੇ ਆਏ ਹਾਂ, ਹਮੇਸ਼ਾ ਉਹਨਾਂ ਨਾਲ ਚੱਲਾਂਗੇ, ਰਲ ਮਿਲ ਕੇ ਕੰਮ ਕਰਾਂਗੇ। ਜਿਹੜੇ ਵੀ ਸ਼ਰਧਾਲੂ ਆਉਂਦੇ ਆ, ਪਿਛਲੀ ਵਾਰੀ ਜਿਹੜਾ ਕਹਿੰਦੇ ਗੋਬਿੰਦ ਦਾ ਜਿਹੜਾ ਕੰਮ ਥੋੜ੍ਹਾ ਢਿੱਲਾ ਰਿਹਾ ਹੈ, ਕਿ ਬੜੀ ਬਾਬਾ ਜੀ ਦੀ ਕਿਰਪਾ ਨਾਲ ਬੜੀ ਦੂਰੋਂ ਦੂਰੋਂ ਲੋਕ ਆਉਂਦੇ ਆ, ਐਤਕੀ ਵੀ ਆਉਣ ਔਰ ਪੂਰੀ ਅਸੀਂ ਉਹਨਾਂ ਦਾ ਆਦਰ ਮਾਣ ਕਰਾਂਗੇ, ਜੀ ਕਰਾਂਗੇ।